2020-2021 ਦਾ ਉਹ ਦੌਰ ਸੀ ਜਦੋਂ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਖਾਸ ਕਰ ਭਾਜਪਾ ਦਾ ਨਾਮ ਸੁਣਨਾ ਨਹੀਂ ਚਾਹੁੰਦਾ ਸੀ। ਕਿਸਾਨੀ ਅੰਦੋਲਨ ਵਾਲੀ ਗੱਲ ਕਰ ਰਿਹਾ, ਕਿਸਾਨੀ ਧਰਨੇ ਚੱਲ ਰਹੇ ਨੇ, ਫੇਸ ਕਰਨਾ ਕਿਸਾਨਾਂ ਨੂੰ ਔਖਾ ਨਹੀਂ ਹੈ ਪੰਜਾਬ 'ਚ? ਤੁਹਾਡੇ ਵਰਗੇ ਜਦੋਂ ਕਹਿਣਗੇ, ਤੁਹਾਨੂੰ ਲੋਕ ਕਹਿਣਗੇ ਪੰਜਾਬੀ ਆ, ਤੁਸੀਂ ਉਹ ਭਾਜਪਾ ਦੇ ਨਾਲ ਤੁਰ ਪਏ? ਨਹੀਂ, ਮੈਨੂੰ ਕੋਈ ਫੇਸ ਕਰਨਾ ਔਖਾ ਨਹੀਂ, ਮੈਂ ਤਾਂ ਹਰ ਰੋਜ਼ ਹੀ ਪਿੰਡਾਂ 'ਚ ਰਹਿਣਾ, ਮੈਂ ਖੁਦ ਹੀ ਕਿਸਾਨ ਹਾਂ। ਪਰ ਮੈਨੂੰ ਕਿਸੇ ਨਾ ਕਿਸੇ ਢੰਗ 'ਤੇ, ਜਿਵੇਂ ਕਿ ਇਲੈਕਸ਼ਨ ਚੱਲਦੀ ਹੈ, ਕਈ ਗੱਲਾਂ 'ਤੇ ਇਹ ਗੱਲ ਕਈ ਐਂਗਲਸ ਤੋਂ ਸ਼ਰਾਰਤ ਵੀ ਲੱਗਦੀ ਹੈ। ਸਾਦੇ ਬੰਦੇ ਹੁੰਦੇ ਨੇ, ਭਾਵਕ ਬੰਦੇ ਹੁੰਦੇ, ਵੀ ਉਹਨਾਂ ਨੂੰ ਭੜਕਾ ਦਿਓ। ਕਈ ਸਾਹਿਬ, ਪਹਿਲੀ ਵਾਰ ਸ਼ਾਇਦ ਹੋ ਰਿਹਾ ਹੋਣਾ ਤੁਹਾਡਾ ਲੰਬਾ ਬੜਾ ਸਿਆਸੀ ਤਜਰਬਾ ਹੈ ਜ਼ਿੰਦਗੀ ਦਾ, ਕਿਸੇ ਵੀ ਪਾਰਟੀ ਦਾ ਪ੍ਰਧਾਨ, ਚਲੋ ਭਗਵੰਤ ਮਾਨ ਉਹਨੂੰ ਸਾਈਡ 'ਤੇ ਰੱਖ ਦਈਏ, ਕਿਸੇ ਵੀ ਪਾਰਟੀ ਦਾ ਪ੍ਰਧਾਨ ਚੋਣ ਨਹੀਂ ਲੜ ਰਿਹਾ, ਖੁਦ ਡਰੇ ਹੋਏ ਨੇ ਇੰਨੇ, ਕਿ ਕਿਤੇ ਹਾਰ ਨਾ ਜਾਈਏ, ਨਾ ਜਾਖੜ ਲੜ ਰਹੇ, ਨਾ ਸੁਖਬੀਰ ਬਾਦਲ ਲੜ ਰਹੇ, ਨਾ ਵੜਿੰਗ ਲੜ ਰਹੇ। ਮੈਂ ਤਾਂ ਅੱਜ ਬੰਦੇ ਲੈ ਆਇਆ ਜਿਹੜੇ ਬੰਦੇ ਜੁਆਇਨ ਕਰਨਾ ਚਾਹੁੰਦੇ ਸੀ, ਮੈਨੂੰ ਸਮਝ ਨਹੀਂ ਆਇਆ ਵੀ ਇਹ ਕੀ ਗੱਲ ਹੈ ਕੀ ਨਹੀਂ। ਨਹੀਂ, ਜਿਵੇਂ ਜਾਖੜ ਸਾਹਿਬ ਅੱਜ ਕਹੇ ਵੀ ਮੈਂ ਕਿਸਾਨਾਂ ਨੂੰ ਮਿਲੂੰਗਾ ਵੀ ਅਤੇ ਗੱਲਬਾਤ ਵੀ ਕਰੂੰਗਾ ਅਤੇ ਹੋਰ ਸਾਰਾ ਕੁਛ ਹੈ, ਜਾਂ ਤਾਂ ਇਹ ਹੈ ਗੱਲ ਜਿਹੜੀ ਗੱਲ ਮੈਂ ਚਾਹੁੰਦਾ ਕਿ ਵੀ ਖੁਦ ਜਰਨੈਲ ਬਣ ਕੇ ਕੰਮ ਕਰ ਰਹੇ ਨੇ, ਜੇ ਇਹ ਆਪ ਹੀ ਲੱਗ ਗਏ ਮੈਦਾਨ 'ਚ ਤਾਂ ਫਿਰ ਉਹ ਕਿਵੇਂ ਕੰਟਰੋਲ ਕਰਨਗੇ? ਡਿਸਿਪਲਿਨ ਹੋਣਾ ਬਹੁਤ, ਅਨੁਸ਼ਾਸਨ 'ਚ ਰਹਿ ਕੇ, ਅਤੇ ਪਰ ਉਹ ਅਨੁਸ਼ਾਸਨ ਨੂੰ ਕਿਹਨੇ ਕੰਟਰੋਲ ਕਰਨਾ? ਪ੍ਰਧਾਨ ਨਹੀਂ ਕੰਟਰੋਲ ਕਰਨਾ। ਕਿੰਨਾ ਕੁ ਸਹਿਮਤ ਰੱਖੋਗੇ ਨਕਈ ਸਾਹਿਬ ਕਿ ਪਹਿਲੀ ਵਾਰ ਹੋਇਆ ਨਾ ਪੰਜਾਬ ਦੀ ਸਿਆਸਤ 'ਚ ਵੀ ਹਰ ਪਾਰਟੀ ਦਾ ਇਹ ਹਾਲ ਉਮੀਦਵਾਰ ਨਹੀਂ ਲੱਭ ਰਹੇ, ਖਿੱਚਣੇ ਪੈ ਰਹੇ ਆ, ਪੱਟਣੇ ਪੈ ਰਹੇ ਆ, ਭਾਵੇਂ ਪਿਆਰ ਨਾਲ ਜਾਂ ਡੰਡੇ ਨਾਲ, ਹਰ ਪਾਰਟੀ ਦੀ ਹਾਲਤ ਨਹੀਂ? ਪਾਰਟੀਆਂ ਉਹ ਗੱਲਾਂ ਤਾਂ ਵੇਖਦੀਆਂ ਹੈ। ਦੇਖੋ, BJP ਦੀ ਜੇ ਗੱਲ ਕਰੀਏ, BJP ਪਹਿਲੇ ਵਾਰੀ ਹੈ ਕਿ ਐਂ ਇਕੱਲੇ ਉਹ ਇਲੈਕਸ਼ਨ ਲੜ ਰਹੀ ਹੈ, ਪਾਰਲੀਮੈਂਟ ਦੀ ਹੈਗੀ। BJP ਨੇ ਕੈਂਡੀਡੇਟ ਬੜੇ ਵਧੀਆ ਲੱਭੇ, ਇਹ ਇਕੱਲੇ BJP ਦੀ ਗੱਲ ਨਹੀਂ, ਹੋਰ ਵੀ ਕੰਮ। ਸਾਡੇ ਸੁਖਬੀਰ ਸਿੰਘ ਬਾਦਲ ਤਾਂ ਬੈਠੇ ਜਿਹੜੇ ਹੁੰਦੇ ਸੀਗੇ ਕੈਂਡੀਡੇਟ, ਉਹਨਾਂ ਨੂੰ ਫੜ ਕੇ ਲਿਆਉਂਦੇ, ਜਿਵੇਂ ਹੁਣ ਜੋ ਮੋਗੇ ਕੀ ਹੋਇਆ ਸੀ, ਜੈਨ ਨੂੰ ਲਿਆ ਕੇ ਟਿਕਟ ਦਿੱਤੀ, ਬਥੇਰਾ ਕਿਹਾ ਵੀ ਇਹ ਕੰਮ ਨਾ ਕਰੋ, ਇਹਦੇ ਕਰਕੇ ਪਾਰਟੀ ਦਾ ਕਾਰਡ ਜਿਹੜਾ ਕਾਡਰ ਹੈ ਅਤੇ ਉਹ ਸਫ਼ਰ ਕਰੂਗਾ, ਜੇ ਨਿਰਾਸ਼ ਹੋਊਗਾ, ਜਿਵੇਂ ਤਲਵੰਡੀ ਸਾਹਿਬ ਉਹ ਵੀ ਹੋਇਆ, ਪਾਰਟੀ ਦਾ ਉੱਥੇ ਨੁਕਸਾਨ ਹੋਇਆ। ਖੁਦ ਜਾਖੜ ਸਾਹਿਬ ਵੀ ਦੂਜੀ ਪਾਰਟੀ ਤੋਂ ਆਏ ਕਾਂਗਰਸ, ਕਦੋਂ ਆਏ ਜਦੋਂ ਉਹਨਾਂ ਦਿਲ ਟੁੱਟ ਗਿਆ, ਜਾਂ ਉਹਨਾਂ ਜਦੋਂ CM ਅੰਦਰ ਉਹਨਾਂ ਦਾ ਫੈਸਲਾ ਹੋ ਵੀ ਗਿਆ ਤਾਂ ਵੀ ਨਹੀਂ ਬਣਾਇਆ ਗਿਆ? ਇਹ ਜਿਹੇ ਬੰਦੇ ਆ, ਕੋਈ ਵੀ ਕਿਸੇ ਤਰ੍ਹਾਂ ਦਾ ਲੀਡਰ ਹੈਗਾ, ਸਿਆਸਤਦਾਨ ਹੈਗਾ, ਉਹ ਕਿੰਨਾ ਕੁ ਵਫ਼ਾਦਾਰ ਰਹੇਗਾ ਕਿਸੇ ਦੂਜੀ ਪਾਰਟੀ 'ਚ? ਨਹੀਂ, ਮੈਂ ਦੇਖੋ ਜਾਖੜ ਸਾਹਿਬ ਨੂੰ ਜਿੰਨਾ ਕੁ ਜਾਣਦਾ, ਜਾਖੜ ਸਾਹਿਬ ਇੱਕ ਬਹੁਤ ਹੀ ਵਧੀਆ ਬੰਦੇ ਆ, ਸਾਡੇ ਏਰੀਏ 'ਚ ਇੱਕ ਅਸੈਪਟਡ ਬੰਦੇ ਨੇ, ਸਿੱਖਾਂ 'ਚ ਵੀ ਅਤੇ ਹਿੰਦੂਆਂ 'ਚ ਵੀ, ਪਲੱਸ ਹਾਈ ਭਾਈਚਾਰੇ 'ਚ ਅਤੇ ਖਾਸ ਕਰਕੇ ਕਿਸਾਨਾਂ 'ਚ ਵੀ ਬੜੇ ਅਸੈਪਟਡ ਲੀਡਰ ਨੇ। ਤੁਸੀਂ ਕਿਸੇ ਵੀ ਮੁੱਦੇ ਕਿਸਾਨੀ 'ਤੇ ਗੱਲ ਕਰ ਲਓ ਅਤੇ ਇਹ ਗੱਲ ਕਰ ਸਕਦੇ ਹਾਂ, ਅਤੇ ਇੱਕ ਭੱਜਣ ਨੱਠਣ ਨੂੰ ਵੀ ਬਹੁਤ ਤਕੜੇ ਅਸੀਂ ਚੱਕੜਤਾ ਜੀ 'ਤੇ ਮਰਜ਼ੀ ਸਿੱਟ ਸਕਦੇ ਹਾਂ, ਅਤੇ ਇੱਕ ਫੋਕਸਡ ਆ ਮੇਰੇ ਹਿਸਾਬ ਨਾਲ, ਜਿਹੜੀਆਂ ਟਿਕਟਾਂ ਦਿੱਤੀਆਂ, ਟਿਕਟਾਂ ਵੀ ਬੜੀਆਂ ਵਧੀਆ ਦਿੱਤੀਆਂ। ਹੁਣ ਖਡੂਰ ਸਾਹਿਬ ਤੋਂ ਸਾਡਾ 3 ਵਾਰੀ MLA ਰਿਹਾ, MLA ਰਿਹਾ ਜਿਹੜਾ ਕਿ ਖਡੂਰ ਸਾਹਿਬ ਤੋਂ BJP ਨੇ ਟਿਕਟ ਦਿੱਤੀ ਆ, ਅਕਾਲੀ ਦਲ ਤੋਂ 3 ਵਾਰ ਉਹ MLA ਰਹਿ ਚੁੱਕੇ ਆ। ਆਪਣਾ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰੋਂ, ਉਹ ਉਹਨਾਂ ਦੇ ਗ੍ਰੈਂਡ ਫਾਦਰ ਸਾਹਿਬ ਤੇਜਾ ਸਿੰਘ ਸਮੁੰਦਰੀ, ਉਹਨਾਂ ਨੇ ਹੀ ਸ਼੍ਰੋਮਣੀ ਕਮੇਟੀ ਬਣਾਈ ਸੀ। ਵਿਰੋਧ ਕਿੰਨਾ ਹੋ ਰਿਹਾ ਤਰਨਜੀਤ ਸੰਧੂ? ਨਹੀਂ, ਉਹ ਵਿਰੋਧ ਦਾ ਵੀ ਤੁਸੀਂ ਇਹ ਵੇਖੋ ਨਾ ਵੀ ਵਿਰੋਧ ਪਿੱਛੇ ਕੀ ਹੈ। ਅੰਮ੍ਰਿਤਸਰ ਸ਼ਹਿਰ 'ਚ ਇੱਕ ਲਹਿਰ ਚੱਲ ਗਈ ਹੈ ਕਿ ਸਾਡਾ ਲੋਕਲ ਲੜਕਾ ਪੰਜਾਬੀ ਲੜਕਾ, ਜਿਹਨੂੰ ਕਿ ਮੋਦੀ ਸਾਹਿਬ ਨੇ ਸਨਮਾਨ ਦਿੱਤਾ, ਵੀ ਸਾਡਾ ਵੀ ਫਰਜ਼ ਬਣਦਾ ਵੀ ਪਹਿਲੇ ਅਸੀਂ 2 ਵਾਰੀ ਇੱਥੋਂ 2 ਕੈਂਡੀਡੇਟ ਹਰਾ ਦਿੱਤੇ ਵੀ ਐਕ ਜੀ ਇਹਨੂੰ ਵੋਟ ਪਾਈ। ਕਿੰਨਾ ਕੁ ਕਦ ਘੱਟ ਜਾਂਦਾ ਬਾਰ ਬਾਰ ਸਿਆਸਤਦਾਨ ਦਾ ਰਾਜਨੀਤਿਕ ਦਲ ਬਦਲਣ ਨਾਲ, ਵੋਟਰ ਲਈ ਕਿੰਨਾ ਕੁ ਮਾਇਨੇ ਰੱਖਦਾ? ਨਹੀਂ, ਉਹਨਾਂ ਨੇ ਤਾਂ ਦੇਖੋ ਕਦ ਘੱਟ ਬਦਲਿਆ ਨਹੀਂ, ਕਈ ਵਾਰੀ ਹਾਲਾਤ ਬਣਦੇ ਸੀ। ਨਹੀਂ, ਦਾਅਵੇਦਾਰੀ 'ਚ ਤਾਂ ਐਤਕੀ ਟਿਕਟ ਮੰਗਣ ਦੀ ਇੱਛਾ ਨਹੀਂ ਰੱਖੀ ਸੀ? ਨਹੀਂ, ਰੱਖੀ ਤਾਂ ਸੀ, ਪਰ ਫਿਰ ਜੋ ਪਾਰਟੀ ਦਾ ਫੈਸਲਾ। ਸੋ
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੂਰੀ ਤਰ੍ਹਾਂ ਭਖਿਆ ਹੋਇਆ ਅਤੇ ਦੌਰ ਚੱਲ ਰਿਹਾ ਕਿ ਵੱਖ ਵੱਖ ਪਾਰਟੀਆਂ ਜਿਹੜੇ ਸੀਨੀਅਰ ਆਗੂ ਨੇ ਆਪਣੇ ਹਮਾਇਤੀ ਜਾਂ ਹੋਰ ਪਾਰਟੀਆਂ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਆਪਣੀ ਪਾਰਟੀ ਦੀ ਵਿਚਾਰਧਾਰਾ ਨਾਲ ਜੋੜ ਕੇ ਆਪਣੇ ਨਾਲ ਜੋੜ ਰਹੇ ਨੇ। ਪੰਜਾਬ ਸਰਕਾਰ ਦੇ ਆਪਾਂ ਕਹੀਏ ਜਿਹੜੇ ਸਾਬਕਾ CPS ਰਹੇ ਜਗਦੀਪ ਸਿੰਘ ਨਕਈ ਸਾਡੇ ਨਾਲ ਮੌਜੂਦ ਨੇ, ਉਹਨਾਂ ਨੇ ਵੀ ਅੱਜ ਅਜਿਹੀ ਗਤੀਵਿਧੀ ਕੀਤੀ ਹੈ। ਨਕਈ ਸਾਹਿਬ, 2020-2021 ਦਾ ਉਹ ਦੌਰ ਸੀ ਜਦੋਂ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਖਾਸ ਕਰ ਭਾਜਪਾ ਦਾ ਨਾਮ ਸੁਣਨਾ ਨਹੀਂ ਚਾਹੁੰਦਾ ਸੀ, ਕਿਸਾਨੀ ਅੰਦੋਲਨ ਵਾਲੀ ਗੱਲ ਕਰ ਰਿਹਾ। ਥੋੜ੍ਹੀ ਦੇਰ ਮਾਹੌਲ ਸ਼ਾਂਤ ਰਿਹਾ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ, ਲੋਕਾਂ ਨੇ ਕਿਸਾਨਾਂ ਨੂੰ ਕਿਹਾ ਸੀ, ਹੁਣ ਫਿਰ ਉਹੀ ਦੌਰ ਹੈ, ਕਿਸਾਨੀ ਧਰਨੇ ਚੱਲ ਰਹੇ ਨੇ। ਫੇਸ ਕਰਨਾ ਕਿਸਾਨਾਂ ਨੂੰ ਔਖਾ ਨਹੀਂ ਹੈ ਪੰਜਾਬ 'ਚ? ਤੁਹਾਡੇ ਵਰਗੇ ਜਦੋਂ ਕਹਿਣਗੇ ਤੁਹਾਨੂੰ ਲੋਕ ਕਹਿਣਗੇ ਪੰਜਾਬੀ ਆ, ਤੁਸੀਂ ਉਹ ਭਾਜਪਾ ਦੇ ਨਾਲ ਤੁਰ ਪਏ ਹੋ? ਨਹੀਂ, ਮੈਨੂੰ ਕੋਈ ਫੇਸ ਕਰਨਾ ਔਖਾ ਨਹੀਂ, ਮੈਂ ਤਾਂ ਹਰ ਰੋਜ਼ ਹੀ ਪਿੰਡਾਂ 'ਚ ਰਹਿੰਦਾ, ਹਰ ਰੋਜ਼ ਹੀ ਪਿੰਡਾਂ 'ਚ ਰਹਿੰਦਾ। ਮੈਂ ਖੁਦ ਵੀ ਕਿਸਾਨ ਹਾਂ ਅਤੇ ਬੜੇ ਬੰਦੇ ਨੂੰ ਮਿਲਦੇ ਹਾਂ ਆਲੇ ਦੁਆਲੇ ਅਤੇ ਅੱਗੋਂ ਨੂੰ ਵੀ ਮਿਲਦੇ ਹਾਂ, ਪਰ ਮੈਨੂੰ ਕਿਸੇ ਨਾ ਕਿਸੇ ਢੰਗ 'ਤੇ ਜਿਵੇਂ ਕਿ ਇਲੈਕਸ਼ਨ ਚੱਲਦੀ ਹੈ ਕਈ ਗੱਲਾਂ 'ਤੇ ਇਹ ਗੱਲ ਕਈ ਐਂਗਲਸ ਤੋਂ ਸ਼ਰਾਰਤ ਵੀ ਲੱਗਦੀ ਹੈ ਕਿ ਸਾਦੇ ਬੰਦੇ ਹੁੰਦੇ ਨੇ, ਭਾਵਕ ਬੰਦੇ ਹੁੰਦੇ, ਵੀ ਉਹਨਾਂ ਨੂੰ ਭੜਕਾ ਦਿਓ ਜਿਵੇਂ ਕਿ ਆਪਾਂ ਤੁਸੀਂ ਅੱਤਵਾਦ ਦੇ ਦੌਰ ਵੇਲੇ ਵੇਖਿਆ ਹੋਊਗਾ ਜਿਹੜਾ ਕਿ ਯੂਥ ਭੜਕਿਆ, ਜਿਹੜੇ ਭੜਕਾਉਣ ਵਾਲੇ ਸੀ ਉਹ ਪਿੱਛੇ ਸੀਗੇ, ਉਹ ਹੋਰ ਸੀਗੇ, ਪਰ ਜਿਹੜਾ ਸਾਡਾ ਯੂਥ ਹੈ, ਯੂਥ ਦਾ ਘਾਣ ਬਹੁਤ ਜ਼ਿਆਦਾ ਹੋਇਆ। ਹੁਣ ਐਂ ਤਾਂ ਮੈਂ ਪਰਸੋਂ ਚੌਥੀ ਦਿੱਲੀਓਂ ਆਇਆ ਵਾਪਸ ਅਤੇ ਉਹ ਹੌਲੀ ਹੌਲੀ ਗੱਡੀ ਕ੍ਰੋਸ ਕਰ ਰਹੀ ਸੀ ਅਤੇ 2-3 ਬੰਦਿਆਂ ਨੇ ਆਵਾਜ਼ਾਂ ਮਾਰੀਆਂ ਮੈਨੂੰ ਵੀ ਆ ਜਾਓ ਜੀ ਚਾਹ ਪੀ ਜਾਓ ਮੇਰੇ ਨਾਲ। ਮੇਰਾ ਜਿਹੜਾ ਮੁੰਡਾ ਗਨਮੈਨ ਸੀ ਉਹ ਬਿਮਾਰ ਸੀ, ਉਹਨੂੰ ਅੱਗੇ ਛੱਡਣਾ ਸੀ ਅਤੇ ਮੈਂ ਕਿਹਾ ਨਹੀਂ ਤਾਂ ਜਸਦਾਰ ਜੀ ਮੈਂ ਰੁਕ ਜਾਂਦਾ ਜ਼ਰੂਰ ਤੁਹਾਡੇ ਕੋਲ ਚਾਹ ਪੀ ਕੇ ਜਾਂਦਾ, ਅਤੇ ਇਹੀ ਜੀ ਕੋਈ ਗੱਲ ਵੀ ਨਹੀਂ ਹੈ। ਅਤੇ ਬੇਸਿਕਲੀ ਇਹ ਵੀ ਗੱਲ ਹੈ ਕਿ ਮੈਂ ਖੁਦ ਕਿਸਾਨ ਹੋਣ ਦੇ ਨਾਤੇ ਅਤੇ ਇੱਕ ਜੁੜਿਆ ਵਾਂ ਵੀ ਜਿਹੜੀਆਂ ਮੁਸ਼ਕਲਾਂ ਸਮਝਦੇ ਹਾਂ। ਮੈਂ ਮੀਟਿੰਗਾਂ ਵੀ ਪਹਿਲਾਂ 1-2 ਵਾਰੀ ਮੈਂ ਕਰਾ ਚੁੱਕੇ ਹਾਂ ਅਤੇ ਹੱਲ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ ਜਿੰਨੇ ਕੁ ਯੋਗ ਹਾਂ, ਅਤੇ ਕਰਾਵਾਂਗੇ ਜੋ ਹੈ, ਜੋ ਬਣਦਾ ਹੈ ਉਹ ਕਰਾਵਾਂਗੇ। ਸਵਾਲ ਇਹ ਨਾ ਕਈ ਸਾਹਿਬ, ਪਹਿਲੀ ਵਾਰ ਸ਼ਾਇਦ ਹੋ ਰਿਹਾ ਹੋਣਾ ਤੁਹਾਡਾ ਲੰਬਾ ਬੜਾ ਸਿਆਸੀ ਤਜਰਬਾ ਹੈ ਜ਼ਿੰਦਗੀ ਦਾ, ਕਿਸੇ ਵੀ ਪਾਰਟੀ ਦਾ ਪ੍ਰਧਾਨ, ਚਲੋ ਭਗਵੰਤ ਮਾਨ ਉਹਨੂੰ ਸਾਈਡ 'ਤੇ ਰੱਖ ਦਈਏ, ਕਿਸੇ ਵੀ ਪਾਰਟੀ ਦਾ ਪ੍ਰਧਾਨ ਚੋਣ ਹੀ ਨਹੀਂ ਲੜ ਰਿਹਾ, ਆਪ ਖੁਦ ਡਰੇ ਹੋਏ ਨੇ ਇੰਨੇ ਕਿ ਕਿਤੇ ਹਾਰ ਨਾ ਜਾਈਏ, ਨਾ ਜਾਖੜ ਲੜ ਰਹੇ, ਨਾ ਸੁਖਬੀਰ ਬਾਦਲ ਲੜ ਰਹੇ, ਨਾ ਵੜਿੰਗ ਲੜ ਰਹੇ, ਇਹ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੋਊਗਾ ਕਿਉਂਕਿ ਤੁਸੀਂ ਨੁਮਾਇੰਦਗੀ ਕਰਦੇ, ਤੁਸੀਂ ਇਹਨਾਂ ਦੀ ਨੁਮਾਇੰਦਗੀ? ਮੈਂ ਤਾਂ ਅੱਜ ਨੁਮਾਇੰਦਗੀ, ਮੈਂ ਤਾਂ ਅੱਜ ਬੰਦੇ ਲੈ ਜਿਹੜੇ ਬੰਦੇ ਜੁਆਇਨ ਕਰਨਾ ਚਾਹੁੰਦੇ ਸੀ ਸਵੇਰੇ ਆਏ ਹਾਂ, ਉਹ ਥੋੜ੍ਹੇ ਜਿਹੇ ਪ੍ਰੈਸ ਵਾਲੇ ਕਹਿ ਰਹੇ ਸੀ ਕਿ ਲੇਟ ਹੋ ਗਏ, ਹੁਣ ਬੱਸਾਂ ਲੇਟ ਹੋ ਹੀ ਜਾਈਦੀਆਂ ਅਤੇ ਦੂਰੋਂ ਆਏ ਹਾਂ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇਹ ਕੀ ਗੱਲ ਹੈ ਕੀ ਨਹੀਂ, ਬਈ ਨਹੀਂ ਤਾਂ ਲੜਦੇ ਹੀ ਹੁੰਦੇ, ਪਰ ਡਿਪੈਂਡ ਜਾਂ ਤਾਂ ਦੇਖੋ ਇਹ ਹੋਣਾ ਵੀ ਨਹੀਂ ਕਹਿ ਸਕਦੇ ਤੁਸੀਂ, ਸੰਯੋਗ ਤਾਂ ਨਹੀਂ ਹੈ ਵੀ ਨਹੀਂ ਲੜਦੇ, ਸਾਰੇ ਨਹੀਂ ਲੜਦੇ, ਨਹੀਂ ਇਹ ਕੋਈ ਇਤਫਾਕ ਨਹੀਂ ਹੈ, ਨਹੀਂ ਇਹ ਗੱਲ ਨਹੀਂ ਜਿਵੇਂ ਜਾਖੜ ਸਾਹਿਬ ਅੱਜ ਕਹੇ ਵੀ ਮੈਂ ਕਿਸਾਨਾਂ ਨੂੰ ਮਿਲੂੰਗਾ ਵੀ ਅਤੇ ਗੱਲਬਾਤ ਵੀ ਕਰੂੰਗਾ ਅਤੇ ਹੋਰ ਸਾਰਾ ਕੁਛ ਹੈ, ਜਾਂ ਤਾਂ ਇਹ ਹੈ ਗੱਲ ਜਿਹੜੀ ਗੱਲ ਮੈਂ ਚਾਹੁੰਦਾ ਕਿ ਵੀ ਖੁਦ ਜਰਨੈਲ ਬਣ ਕੇ ਕੰਮ ਕਰ ਰਹੇ ਨੇ ਅਤੇ ਲੀਡ ਕਰ ਰਹੇ ਨੇ ਅਤੇ ਦੇਖੋ ਹਰੇਕ ਥਾਂ ਜਾ ਕੇ ਇਹ ਗੱਲ ਜ਼ਰੂਰੀ ਹੈ ਸਾਡੇ ਕਾਡਰ 'ਚ ਵੀ, ਜਿਵੇਂ ਗੱਲ ਕੀਤੀ ਇੱਥੇ ਸੰਪਲਾ ਸਾਹਿਬ ਦੀ ਵੀ ਕੁਛ ਕਾਡਰ ਕਿਤੇ ਇੱਧਰ ਉੱਧਰ ਤਾਂ ਨਹੀਂ, ਵੀ ਜੇ ਇਹ ਆਪ ਹੀ ਲੱਗ ਗਏ ਮੈਦਾਨ 'ਚ ਤਾਂ ਫਿਰ ਉਹ ਕਿਵੇਂ ਕੰਟਰੋਲ ਕਰਨਗੇ? ਇਹ ਮੇਰੀ ਗੱਲ ਪਹਿਲਾਂ ਵੀ ਹੋਈ ਹੈ, ਮੈਂ ਕਿਹਾ ਜੀ ਕਈ ਸੀਟਾਂ ਜਿਹੜੀਆਂ ਕਿ ਆਪਾਂ ਕੱਢ ਸਕਦੇ ਹਾਂ, ਪਰ ਸਾਡਾ ਉੱਥੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ, ਡਿਸਿਪਲਿਨ ਹੋਣਾ ਬਹੁਤ, ਅਨੁਸ਼ਾਸਨ 'ਚ ਰਹਿ ਕੇ, ਅਤੇ ਪਰ ਉਹ ਅਨੁਸ਼ਾਸਨ ਨੂੰ ਕਿਹਨੇ ਕੰਟਰੋਲ ਕਰਨਾ? ਪ੍ਰਧਾਨ ਨਹੀਂ ਕੰਟਰੋਲ ਕਰਨਾ। ਅਤੇ ਜੇ ਤੁਸੀਂ ਇਹ ਚੀਜ਼ ਨੂੰ ਕਿੰਨਾ ਕੁ ਸਹਿਮਤ ਰੱਖੋਗੇ ਨਕਈ ਸਾਹਿਬ ਕਿ ਪਹਿਲੀ ਵਾਰ ਹੋਇਆ ਨਾ ਪੰਜਾਬ ਦੀ ਸਿਆਸਤ 'ਚ ਵੀ ਹਰ ਪਾਰਟੀ ਦਾ ਹੀ ਹਾਲ ਉਮੀਦਵਾਰ ਨਹੀਂ ਲੱਭ ਰਹੇ, ਖਿੱਚਣੇ ਪੈ ਰਹੇ ਆ, ਪਟਣੇ ਪੈ ਰਹੇ ਆ, ਭਾਵੇਂ ਪਿਆਰ ਨਾਲ ਜਾਂ ਡੰਡੇ ਨਾਲ, ਹਰ ਪਾਰਟੀ ਦੀ ਹਾਲਤ ਨਹੀਂ, ਪਾਰਟੀਆਂ ਉਹ ਗੱਲਾਂ ਤਾਂ ਵੇਖਦੀਆਂ ਆ। ਦੇਖੋ BJP ਦੀ ਜੇ ਗੱਲ ਕਰੀਏ, BJP ਪਹਿਲੇ ਵਾਰੀ ਹੈ ਕਿ ਐਂ ਇਕੱਲੇ ਉਹ ਇਲੈਕਸ਼ਨ ਲੜ ਰਹੀ ਹੈ ਪਾਰਲੀਮੈਂਟ ਦੀ ਹੈਗੀ, ਪਰ BJP ਨੇ ਕੈਂਡੀਡੇਟ ਬੜੇ ਵਧੀਆ ਲੱਭੇ ਨੇ,
ਹੁਣ ਮੈਂ ਜੇ ਚਾਹੇ ਕੁਛ ਵੀ ਹੈ ਜੀ, ਗੱਲ ਸੁਣੋ, ਇਹ ਇਕੱਲੇ ਬੀਜੇਪੀ ਦੀ ਗੱਲ ਨਹੀਂ, ਹੋਰ ਵੀ ਕੰਮ ਹੋਰ ਵੀ ਹੈ ਸਾਡੇ ਸੁਖਬੀਰ ਸਿੰਘ ਬਾਦਲ, ਉਹ ਵੀ ਗੱਲ ਸੁਣੋ ਤਾਂ ਬੈਠੇ ਜਿਹੜੇ ਹੁੰਦੇ ਸੀਗੇ ਕੈਂਡੀਡੇਟ ਉਹਨਾਂ ਨੂੰ ਫੜ ਕੇ ਲਿਆਉਂਦੇ, ਜਿਵੇਂ ਹੁਣ ਜੋ ਮੋਗੇ ਕੀ ਹੋਇਆ ਸੀ, ਜੈਨ ਨੂੰ ਲਿਆ ਕੇ ਅਤੇ ਟਿਕਟ ਦਿੱਤੀ, ਬਥੇਰਾ ਕਿਹਾ ਵੀ ਇਹ ਕੰਮ ਨਾ ਕਰੋ, ਇਹਦੇ ਕਰਕੇ ਪਾਰਟੀ ਦਾ ਕਾਰਡ ਜਿਹੜਾ ਕਾਡਰ ਹੈ ਅਤੇ ਉਹ ਸਫ਼ਰ ਕਰੂਗਾ, ਜੇ ਨਿਰਾਸ਼ ਹੋਊਗਾ, ਜਿਵੇਂ ਤਲਵੰਡੀ ਸਾਬੋ ਵੀ ਹੋਇਆ, ਪਾਰਟੀ ਦਾ ਉੱਥੇ ਨੁਕਸਾਨ ਹੋਇਆ। ਅਤੇ ਪਰ ਇੱਥੇ ਹੁਣ ਜਿਵੇਂ BJP ਅਸੀਂ ਕਹਿੰਦੇ ਹਾਂ ਕਿ ਵੀ ਇੱਕ ਪੰਜਾਬ ਵਾਸਤੇ ਇੱਕ ਠੀਕ ਹੈ ਵੀ ਪੁਰਾਣੀ ਪਾਰਟੀ ਹੈ ਉੱਪਰ, ਪਰ ਲੋਕਲ ਲੈਵਲ 'ਤੇ ਮੈਂ ਕਹੂੰਗਾ ਵੀ ਫਿਰ ਵੀ ਫਰੈਸ਼ ਹੈ ਵੀ ਵੱਡੇ ਭਰਾ ਤਾਂ ਅਕਾਲੀ ਦਲ ਹੁੰਦੇ ਸੀ ਨਾ ਜਿਹੜਾ ਕਿ ਜਾਂਦੇ, ਇਹ ਤਾਂ ਥੋੜ੍ਹੀਆਂ ਸੀਟਾਂ 'ਤੇ ਲੜਦੇ ਹੁੰਦੇ ਸੀਗੇ। ਸੋ BJP ਦੀ ਮੈਂ ਨਾ ਗੱਲ ਕਰਦਾ ਹੋਇਆ ਮੈਂ ਦੂਜੀਆਂ ਪਾਰਟੀਆਂ ਬਾਰੇ ਕੁਛ ਕਹਿ ਨਹੀਂ ਸਕਦਾ ਵੀ ਖੁਦ ਜਾਖੜ ਸਾਹਿਬ ਵੀ ਦੂਜੀ ਪਾਰਟੀ ਤੋਂ ਆਏ ਕਾਂਗਰਸ ਤੋਂ, ਕਦੋਂ ਆਏ ਜਦੋਂ ਉਹਨਾਂ ਦਿਲ ਟੁੱਟ ਗਿਆ ਜਾਂ ਉਹਨਾਂ ਜਦੋਂ CM ਅੰਦਰ ਉਹਨਾਂ ਦਾ ਫੈਸਲਾ ਹੋ ਵੀ ਗਿਆ ਤਾਂ ਵੀ ਨਹੀਂ ਬਣਾਇਆ ਗਿਆ? ਇਹ ਜਿਹੇ ਬੰਦੇ ਆ, ਕੋਈ ਵੀ ਕਿਸੇ ਤਰ੍ਹਾਂ ਦਾ ਲੀਡਰ ਹੈਗਾ, ਸਿਆਸਤਦਾਨ ਹੈਗਾ, ਉਹ ਕਿੰਨਾ ਕੁ ਵਫ਼ਾਦਾਰ ਰਹੇਗਾ ਕਿਸੇ ਦੂਜੀ ਪਾਰਟੀ 'ਚ ਆ ਕੇ? ਨਹੀਂ, ਮੈਂ ਦੇਖੋ ਜਾਖੜ ਸਾਹਿਬ ਨੂੰ ਜਿੰਨਾ ਕੁ ਜਾਣਦਾ, ਜਾਖੜ ਸਾਹਿਬ ਇੱਕ ਬਹੁਤ ਹੀ ਵਧੀਆ ਬੰਦੇ ਆ, ਸਾਡੇ ਏਰੀਏ 'ਚ ਇੱਕ ਅਸੈਪਟਡ ਬੰਦੇ ਨੇ, ਇਹ ਸਿੱਖਾਂ 'ਚ ਵੀ ਅਤੇ ਹਿੰਦੂਆਂ 'ਚ ਵੀ, ਪਲੱਸ ਹਾਈ ਭਾਈਚਾਰੇ 'ਚ ਅਤੇ ਖਾਸ ਕਰਕੇ ਕਿਸਾਨਾਂ 'ਚ ਵੀ ਬੜੇ ਅਸੈਪਟਡ ਲੀਡਰ ਨੇ। ਤੁਸੀਂ ਕਿਸੇ ਵੀ ਮੁੱਦੇ ਕਿਸਾਨੀ 'ਤੇ ਗੱਲ ਕਰ ਲਓ ਅਤੇ ਇਹ ਗੱਲ ਕਰ ਸਕਦੇ ਆ। ਅਤੇ ਇੱਕ ਭੱਜਣ ਨੱਠਣ ਨੂੰ ਵੀ ਬਹੁਤ ਤਕੜੇ, ਅਸੀਂ ਚੱਕੜਤਾ ਜੀ ਅਤੇ ਮਰਜ਼ੀ ਸਿੱਟ ਸਕਦੇ ਹਾਂ। ਅਤੇ ਇੱਕ ਫੋਕਸਡ ਹੈ ਮੇਰੇ ਹਿਸਾਬ ਨਾਲ, ਜਿਹੜੀਆਂ ਟਿਕਟਾਂ ਦਿੱਤੀਆਂ, ਟਿਕਟਾਂ ਵੀ ਬੜੀਆਂ ਵਧੀਆ ਦਿੱਤੀਆਂ। ਹੁਣ ਖਡੂਰ ਸਾਹਿਬ ਤੋਂ ਸਾਡਾ 3 ਵਾਰੀ MLA ਰਿਹਾ, ਜਿਹੜਾ ਕਿ ਖਡੂਰ ਸਾਹਿਬ ਤੋਂ BJP ਨੇ ਟਿਕਟ ਦਿੱਤੀ ਆ, ਅਕਾਲੀ ਦਲ ਤੋਂ 3 ਵਾਰ ਉਹ MLA ਰਹਿ ਚੁੱਕੇ ਆ। ਅਤੇ ਜਿਹੜਾ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰੋਂ, ਉਹ ਉਹਨਾਂ ਦੇ ਗ੍ਰੈਂਡਫਾਦਰ ਸਾਹਿਬ ਤੇਜਾ ਸਿੰਘ ਸਮੁੰਦਰੀ, ਉਹਨਾਂ ਨੇ ਹੀ ਸ਼੍ਰੋਮਣੀ ਕਮੇਟੀ ਬਣਾਈ ਸੀ। ਵਿਰੋਧ ਕਿੰਨਾ ਹੋ ਰਿਹਾ ਤਰਨਜੀਤ ਸੰਧੂ ਦਾ? ਨਹੀਂ, ਉਹ ਵਿਰੋਧ ਦਾ ਵੀ ਤੁਸੀਂ ਇਹ ਵੇਖੋ ਨਾ ਵੀ ਵਿਰੋਧ ਪਿੱਛੇ ਕੀ ਹੈ। ਪਰ ਅੱਜ ਅੰਮ੍ਰਿਤਸਰ ਸ਼ਹਿਰ 'ਚ ਇੱਕ ਲਹਿਰ ਚੱਲ ਗਈ ਹੈ ਕਿ ਸਾਡਾ ਲੋਕਲ ਲੜਕਾ ਪੰਜਾਬੀ ਲੜਕਾ, ਜਿਹਨੂੰ ਕਿ ਮੋਦੀ ਸਾਹਿਬ ਨੇ ਸਨਮਾਨ ਦਿੱਤਾ, ਵੀ ਸਾਡਾ ਵੀ ਫਰਜ਼ ਬਣਦਾ ਵੀ ਪਹਿਲੇ ਅਸੀਂ 2 ਵਾਰੀ ਇੱਥੋਂ 2 ਕੈਂਡੀਡੇਟ ਹਰਾ ਤੇ ਵੀ ਐਗਤੀ ਇਹਨੂੰ ਵੋਟ ਪਾਈਏ। ਕਿੰਨਾ ਕੁ ਕੱਦ ਘੱਟ ਜਾਂਦਾ ਬਾਰ ਬਾਰ ਸਿਆਸਤਦਾਨ ਦਾ ਰਾਜਨੀਤਿਕ ਦਲ ਬਦਲਣ ਨਾਲ, ਵੋਟਰ ਲਈ ਕਿੰਨਾ ਕੁ ਮਾਇਨੇ ਰੱਖਦਾ? ਨਹੀਂ, ਉਹਨਾਂ ਨੇ ਤਾਂ ਦੇਖੋ ਕੱਦ ਘੱਟ ਬਦਲਿਆ ਨਹੀਂ, ਕਈ ਵਾਰੀ ਹਾਲਾਤ ਬਣਦੇ ਨੇ। ਮੈਂ ਜਦ ਪਾਰਟੀ ਛੱਡੀ ਅਕਾਲੀ ਦਲ, ਤੁਸੀਂ ਯਕੀਨ ਹੋਊਗਾ ਮੈਂ 29 ਦਸੰਬਰ 2021 'ਚ ਛੱਡੀ, ਅਤੇ ਜਿਸ ਦਿਨ ਜੁਆਇਨ ਕੀਤਾ 29 ਦਸੰਬਰ ਨੂੰ, ਮੈਂ ਅਗਲੇ ਦਿਨੀ 30 ਦਸੰਬਰ ਨੂੰ ਮੇਰੇ ਹਲਕੇ 'ਚ ਮੌੜ ਅਤੇ ਮਾਨਸਾ 'ਚ ਕਈ ਭੋਗ ਸੀ, ਮੈਂ ਉਹਨਾਂ ਭੋਗਾਂ 'ਤੇ ਨਿਕਲ ਗਿਆ ਪਿੰਡਾਂ 'ਚ। ਮੈਂ ਕਿਹਾ ਵੇਖਿਆ ਵੀ ਦੇਖਦੇ ਹਾਂ ਵੀ ਕਿੰਨਾ ਕੁ ਵਿਰੋਧ ਹੁੰਦਾ ਕਿੰਨਾ ਕੁ ਨਹੀਂ। ਤੁਸੀਂ ਯਕੀਨ ਨਹੀਂ ਮੰਨਣਾ, ਮੈਨੂੰ ਲੋਕਾਂ ਨੇ ਕਿਹਾ ਕਿ ਤੂੰ ਬਹੁਤ ਵਧੀਆ ਫੈਸਲਾ ਲਿਆ ਵੀ ਜੇ ਤੂੰ ਇੱਥੇ ਰਹਿੰਦਾ ਤਾਂ ਕਰਦਾ ਕੀ, ਵੀ ਪਹਿਲਾਂ ਹੀ ਬੜੀ ਘੁੱਟਣ ਅਤੇ ਹੋਰ ਸਾਰਾ ਕੁਛ ਉੱਥੇ ਮਹਿਸੂਸ ਹੋ ਰਿਹਾ ਸੀ, ਬੜੀਆਂ ਗੱਲਾਂ ਸੀ। ਹਲਕਾ ਸਾਹਿਬਵੀਰ ਸਿੰਘ ਨਾਲ ਪੜ੍ਹੇ ਲਿਖੇ ਹਾਂ, ਬੜੇ ਬਚਪਨ ਤੋਂ ਅਸੀਂ ਇਕੱਠੇ ਰਹੇ ਹਾਂ, ਪਰ ਕਈ ਸਿਆਸੀ ਗੱਲਾਂ ਆਈਆਂ ਹੋ ਜਾਂਦੀਆਂ ਵੀ ਸ਼ਾਇਦ ਉਹਨਾਂ ਦੀਆਂ ਵਿਚਾਰਿਆਂ ਦੀਆਂ ਮਜਬੂਰੀਆਂ ਹੁਣ ਮਜਬੂਰੀਆਂ ਬਣ ਜਾਂਦੀਆਂ, ਅਤੇ ਸੋ ਮੈਂ ਕਹਿ ਨਹੀਂ ਸਕਦਾ ਕੁਛ। ਪਰ ਇੱਥੇ ਆ ਕੇ ਇੱਕ ਗੱਲ ਜ਼ਰੂਰ ਵੇਖੀ ਦੀ ਆ ਵੀ ਇੱਥੇ ਕੋਈ ਉਹੀ ਜਿਹੀ ਗੱਲ ਨਹੀਂ ਜਿਹੜਾ ਕਿ ਵੱਡੇ ਛੋਟੇ ਦੀ ਗੱਲ ਹੈ। ਵੀ ਜੇ ਹੁਣ ਪਿੱਛੇ ਸਾਡੀ ਨੈਸ਼ਨਲ ਕਾਨਫਰੰਸ ਹੋਈ ਅਤੇ ਜਿਹੜੇ ਤਾਂ ਸੀਗੇ ਜੀ ਆਪਣੇ ਔਰਗਨਾਈਜੇਸ਼ਨ ਦੇ ਮੈਂਬਰ ਜਾਂ ਜਿਹੜੇ BJP ਦੇ ਔਰਗਨਾਈਜੇਸ਼ਨ ਦੇ ਜਿਹੜੇ ਮੈਂਬਰ ਸੀ, ਉਹ ਤਾਂ ਸਟੇਜ 'ਤੇ ਲੱਗੇ ਸੀ, ਚਾਹੇ ਸਾਰੇ CMC ਸਾਰੇ ਜੋ ਵੀ ਪੂਰੀ ਕੈਬਨਿਟ ਸੀ ਸਾਰੀ ਥੱਲੇ ਸੀ। ਅਸੀਂ ਇੱਕ ਵਿਆਹ 'ਤੇ ਇਕੱਠੇ ਹੋਏ ਅਤੇ ਮੈਂ ਕਈ ਅਕਾਲੀ ਦਲ ਦੇ ਬੰਦੇ ਨਾਲ ਗੱਲ ਵੀ ਕੀਤੀ। ਮੈਂ ਯਾਰ ਕੋਈ ਬੜੀ ਚੈਕਿੰਗ ਨਹੀਂ ਸੀ, ਪਹਿਲੇ ਦਿਨ ਸਾਡੀ ਚੈਕਿੰਗ ਹੋਈ ਉੱਥੇ, ਮੈਂ ਕਿਹਾ ਸਾਡੇ ਜਾਣ ਪਛਾਣ ਵਾਲੇ ਬੰਦੇ ਬੈਠੇ ਸੀ, ਉਹਨਾਂ ਨੇ ਸਾਈਨ ਕੀਤਾ ਵੀ ਜਗਦੀਪ ਸਿੰਘ ਕਈ ਫਲਾਣਾ, ਅਤੇ ਉਹਨਾਂ ਨੇ ਸਾਈਨ ਕਰਤਾ ਇੱਕ, ਮੈਂ ਕਿਹਾ ਲੇਬਲ ਮੈਨੂੰ ਦੇ ਤਾ
ਅਤੇ ਅੰਦਰ ਜਦੋਂ ਜਿੱਥੇ ਮੋਦੀ ਸਾਹਿਬ ਨੇ ਆਉਣਾ ਸੀ, ਅਮਿਤ ਸ਼ਾਹ ਨੇ ਆਉਣਾ ਸੀ, ਮੈਂ ਤਕਰੀਬਨ 3 ਸਿਕਿਉਰਿਟੀ ਵਾਲੇ ਸੀ, ਹੋਰ ਕੋਈ ਨਹੀਂ, ਸਾਰੀ ਕੈਬਨਿਟ ਸੀ। ਮੈਂ ਕਿਹਾ ਸਾਨੂੰ ਲੇਵਲ ਤੋਂ ਨਾ ਮਾਰਿਆ ਅਤੇ ਜਾਓ ਜੀ, ਮੈਂ ਕਿਸੇ ਨੇ ਕੋਈ ਨਹੀਂ ਮਾਰੀ। ਦਾਅਵੇਦਾਰੀ ਜਿਤਾਈ, ਐਤਕੀ ਟਿਕਟ ਮੰਗਣ ਦੀ ਇੱਛਾ ਨਹੀਂ ਰੱਖੀ ਸੀ? ਨਹੀਂ ਰੱਖੀ ਤਾਂ ਸੀ, ਪਰ ਫਿਰ ਜੋ ਪਾਰਟੀ ਦਾ ਫੈਸਲਾ। ਹਾਂ ਮਨਜ਼ੂਰ ਹੈ। ਜਗਦੀਪ ਸਿੰਘ ਨਕਈ ਉਹਨਾਂ ਦਾ ਗੱਲਬਾਤ ਚੱਲ ਰਹੀ ਸੀ। ਭਾਜਪਾ ਦੇ ਆਪਾਂ ਗੱਲ ਕਰੀਏ, ਭਵਿੱਖ ਨੂੰ ਲੈ ਕੇ ਗੱਲਾਂ ਕੀਤੀਆਂ ਕਿ ਜ਼ਰੂਰ ਚੈਲੇਂਜਿੰਗ ਸਥਿਤੀ ਦੇ ਵਿੱਚ, ਚੁਣੌਤੀ ਵਾਲੇ ਸਮੇਂ 'ਚੋਂ ਅਸੀਂ ਲੰਘ ਰਹੇ ਹਾਂ, ਪਰ ਆਉਣ ਵਾਲਾ ਵਕਤ ਹੈ ਜਿਹੜਾ ਪੰਜਾਬ ਦੇ ਵਿੱਚ ਭਾਜਪਾ ਦੇ ਨਾਲ ਜਿਹੜਾ ਲੋਕ ਆਪਣੀ ਸਹਿਮਤੀ ਜ਼ਰੂਰ ਪ੍ਰਗਟਾਉਣਗੇ। ਹੁੰਦਾ ਕਿੰਨਾ ਕੁ ਛੇਤੀ ਹੈ ਦੇਖਣਾ ਬਾਕੀ ਹੈ।